ਸਤਿ ਸ਼੍ਰੀ ਅਕਾਲ ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਸਰਕਾਰ ਜਾਨੀ ਕਿ ਸਰਦਾਰ ਭਗਵੰਤ ਮਾਨ ਜੀ ਦੇ ਵੱਲੋਂ ਨਵੀਂ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਇਸ ਨੋਟੀਫਿਕੇਸ਼ਨ ਦੇ ਮੁਤਾਬਿਕ ਲਗਭਗ 25000 ਨਵੀਆਂ ਭਰਤੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਜਿਹੜੇ 25000 ਨਵੀਆਂ ਭਰਤੀ ਹੋਵੇਗੀ ਇਸ ਦੇ ਵਿੱਚ 10000 ਨੇ ਜਿਹੜੇ ਉਹ ਸਰਕਾਰੀ ਪੁਲਿਸ ਯਾਨੀ ਕਿ ਪੰਜਾਬ ਪੁਲਿਸ ਦੇ ਵਿੱਚ ਰੱਖੇ ਜਾਣਗੇ ਵੱਖ-ਵੱਖ ਵੱਖ-ਵੱਖ ਜਿਵੇਂ ਕਿ ਇੰਟੈਲੀਜੈਂਸੀ ਜਾਂ ਫਿਰ ਕਾਂਸਟੇਬਲ ਜਾਂ ਫਿਰ ਸਬ ਇੰਸਪੈਕਟਰ ਦੇ ਹਿਸਾਬ ਦੇ ਨਾਲ ਤੇ ਇਸ ਤੋਂ ਇਲਾਵਾ ਜਿਹੜੀਆਂ 15000 ਨੌਕਰੀਆਂ ਨੇ ਉਹ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਜਿਵੇਂ ਕਿ ਕਲਰਕ ਜਾਂ ਫਿਰ ਟੀਚਰ ਅਜਿਹੀਆਂ ਨੌਕਰੀਆਂ ਹੋਣਗੀਆਂ ਸੋ ਇਹ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਰਿਲੇਟਿਡ ਜਿਹੜਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਫੀਸ਼ੀਅਲ ਪੇਜ ਹੈ ਉਸ ਦੇ ਉੱਪਰ ਉਹਨਾਂ ਨੇ ਇਸ ਦੇ ਰਿਲੇਟਿਡ ਵੀਡੀਓ ਪਾ ਕੇ ਸਭ ਨੂੰ ਦੱਸ ਦਿੱਤਾ ਤੇ ਇਹਨਾਂ ਦੀ ਜਿਹੜੀ ਪਹਿਲੀ ਕੈਬਨਿਟ ਮੀਟਿੰਗ ਸੀ ਉਸ ਦੇ ਵਿੱਚ ਹੀ ਇਹ ਫੈਸਲਾ ਲੈ ਗਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੱਲੋਂ ਜਿਵੇਂ ਕਿ ਵੋਟਾਂ ਤੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਜਿਹੜੀ ਪਹਿਲੀ ਕੈਬਨਿਟ ਹੋਵੇਗੀ ਉਸ ਦੇ ਵਿੱਚ ਅਸੀਂ ਜਿਹੜਾ ਹਰੇ ਰੰਗ ਦਾ ਪੈਨ ਹੋਵੇਗਾ ਉਹ ਆਪਾਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਚਲਾਵਾਂਗੇ ਤੋਂ ਇਸੋ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਪਹਿਲੀ ਮੀਟਿੰਗ ਦੇ ਵਿੱਚ ਹੀ ਇਹ ਪ੍ਰਣ ਯਾ ਇਹ ਫੈਸਲਾ ਲੈ ਲਿਆ ਕਿ ਲਗਭਗ 25000 ਨੌਕਰੀਆਂ ਦੇ ਲਈ ਨੋਟੀਫਿਕੇਸ਼ਨ 1 ਮਹੀਨੇ ਦੇ ਵਿੱਚ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਇਹਨਾਂ ਦੇ ਫੇਸਬੁਕ ਪੇਜ ਦੇ ਉੱਪਰ ਵੀ ਇਹ ਆਪਾਂ ਦੇਖ ਸਕਦੇ ਹਾਂ ਤੇ ਜਿਸ ਦੇ ਉੱਪਰ ਇਹਨਾਂ ਨੇ ਆਪਣੀ ਵੀਡੀਓ ਪੋਸਟ ਕੀਤੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਦਾ ਟ੍ਰਿਬਿਊਨ ਅਫੀਸ਼ੀਅਲ ਜਿਹਨਾਂ ਦੀ ਵੈਬਸਾਈਟ ਹੈ ਉਸ ਦੇ ਉੱਪਰ ਵੀ ਇਹਨਾਂ ਨੇ ਅਪਡੇਟ ਕਰ ਦਿੱਤਾ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਟੂ ਰਿਕਰੂਟ 25 25000 ਪੀਪਲ against vacant post decided new cabinet at its first meeting pehli meeting de vich 25000 mulazma da bharti de layi notification de layi ਆ ਆਪਣਾ ਜਿਹੜਾ ਡਿਸੀਜਨ ਹੈ ਉਹ ਜਾਰੀ ਕਰ ਦਿੱਤਾ ਤੇ ਇਹਨਾਂ ਨੇ ਵੀ ਅਫੀਸ਼ੀਅਲ ਜਿਹੜੀ ਫੇਸਬੁੱਕ ਤੇ ਉੱਪਰ ਪੋਸਟ ਕੀਤੀ ਗਈ ਹੈ ਉਹੀ ਵੀਡੀਓ ਇਹਨਾਂ ਨੇ ਵੀ ਅਪਲੋਡ ਕੀਤੀ ਹੈ ਤੇ ਇਸ ਦੇ ਨਾਲ ਹੀ ਇਹਨਾਂ ਨੇ ਦੱਸਿਆ ਕਿ 10000 ਜਿਹੜੀਆਂ ਪੋਸਟਾਂ ਹੋਣਗੀਆਂ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਇਸ ਤੋਂ ਇਲਾਵਾ 15000 ਜਿਹੜੀਆਂ ਵੈਕੈਂਸੀਜ਼ ਹੋਣਗੀਆਂ ਉਹ ਹੋਰ ਵੱਖ-ਵੱਖਰੇ ਡਿਪਾਰਟਮੈਂਟਸ ਦੇ ਵਿੱਚ ਹੋਣਗੀਆਂ ਸੋ ਜਦੋਂ ਹੀ ਇਹ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ ਅਲੱਗ-ਨਗ ਡਿਪਾਰਟਮੈਂਟਸ ਦੇ ਲਈ ਉਹ ਆਪਾਂ ਇਸੇ ਚੈਨਲ ਦੇ ਵਿੱਚ ਅਪਲੋਡ ਕਰ ਦੇਵਾਂਗੇ ਸੋ ਆਪਣੇ ਨਾਲ ਬਦ ਤੋਂ ਬਾਅਦ ਜੁੜੇ ਰਹਿਣਾ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਨਵੀਆਂ ਨਵੀਆਂ ਨੋਟੀਫਿਕੇਸ਼ਨਸ ਆਉਣਗੀਆਂ ਉਹ ਆਪਾਂ ਤੁਹਾਡੇ ਤੱਕ ਜਲਦ ਤੋਂ ਜਲਦ ਲੈ ਕੇ ਆਵਾਂਗੇ ਤੇ ਤਾਂ ਕਿ ਤੁਸੀਂ ਕਿਸੇ ਨੋਟੀਫਿਕੇਸ਼ਨ ਨੂੰ ਮਿਸ ਨਾ ਕਰ ਸਕੋ ਸੋ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਸੋ ਸ਼ਸ਼ੀ ਕਾਲ